7:55 ਹੋ ਚੁੱਕੇ ਆ। ਕੈਮਰਾ ਵੇਖਦੇ ਇਲਾਹੀ ਚੁੱਪ ਹੋ ਗਈ, ਪਹਿਲੇ ਰੋ ਰਹੀ ਸੀ, ਇਹ ਮੰਮੀ ਬੈਠੀ, ਹੁਨਰ ਬੈਠਾ, ਸੋਨੀ ਬੈਠੇ। ਅੱਜ ਦਾ ਵਲੋਗ ਬੜਾ ਖਾਸ ਹੋਣ ਵਾਲਾ ਅਤੇ ਸਤਿ ਸ਼੍ਰੀ ਅਕਾਲ, ਅੱਜ ਦੇ ਵਲੋਗ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ। ਵਲੋਗ ਦੇ ਐਂਡ ਤੱਕ ਬਣੇ ਰਹਿਣਾ ਕਿਉਂਕਿ ਵਲੋਗ ਦੇ ਵਿੱਚ ਤਿੰਨ ਚੀਜ਼ਾਂ ਖਾਸ ਨੇ। ਇੱਕ, ਪਹਿਲਾਂ ਤਾਂ ਸਵਾਲ ਪੁੱਛਿਆ ਜਾਏਗਾ, ਉਹਦਾ ਤੁਸੀਂ ਵਲੋਗ ਦੇ ਐਂਡ ਤੱਕ ਜਵਾਬ ਦੇਣਾ। ਦੂਜਾ ਖਾਸ ਚੀਜ਼ ਇਹ ਹੈ ਕਿ ਅੱਜ ਮੈਂ ਕਿਸੇ ਖਾਸ ਸ਼ਖਸ ਨੂੰ ਲੈਣ ਜਾ ਰਿਹਾ, ਕਿੱਥੋਂ ਉਹ ਵੀ ਤੁਹਾਨੂੰ ਵਲੋਗ 'ਤੇ ਅੱਗੇ ਜਾ ਕੇ ਦੱਸਾਂਗਾ। ਤੀਸਰੀ ਖਾਸ ਚੀਜ਼ ਇਹ ਹੈ ਕਿ ਕਿਸੇ ਇਨਸਾਨ ਦਾ ਜਿਹੜਾ ਹੰਕਾਰ ਹੈ ਉਹ ਰੱਬ ਤੋਂ ਵੀ ਉੱਚਾ ਹੋ ਚੁੱਕਿਆ ਅਤੇ ਉਹਦਾ ਹੰਕਾਰ ਤੋੜਨਾ। ਇਸ ਚੀਜ਼ ਦੇ ਵਿੱਚ ਤੁਸੀਂ ਮੇਰਾ ਸਾਥ ਦੇਣਾ, ਵੀਡੀਓ ਨੂੰ ਸ਼ੇਅਰ ਕਰਨਾ। ਅਤੇ ਚਲੋ ਜੀ, ਵਲੋਗ ਸ਼ੁਰੂ ਕਰਦੇ ਹਾਂ ਅਤੇ ਸਾਰਿਆਂ ਨਾਲੋਂ ਪਹਿਲੇ ਤਾਂ ਅੱਜ ਦਾ ਸਵਾਲ ਪੁੱਛਦੇ ਹਾਂ ਅਤੇ ਤੁਸੀਂ ਉਹਦਾ ਜਵਾਬ ਵਲੋਗ ਦੇ ਐਂਡ ਤੱਕ ਦੇਣਾ। ਪਹਿਲੇ ਤੁਹਾਨੂੰ ਦੱਸਦਾ, ਜਿਹੜਾ ਅੱਜ ਦਾ ਸਵਾਲ ਹੈ ਬਹੁਤ ਮੁਸ਼ਕਲ ਹੈ। ਇਹ ਜਿਹੜਾ ਮੈਂ ਤੁਹਾਨੂੰ ਨੀਚੇ ਮੀਟਰ ਵੱਲ ਕਰਕੇ ਦਿਖਾਇਆ, ਇਹ ਦਿਖਾਇਆ ਕਿ ਮੈਂ ਗੱਡੀ ਦੇ ਵਿੱਚ ਤੇਲ ਪਵਾ ਕੇ ਆਇਆ ਅਤੇ ਤੇਲ ਪਵਾ ਕੇ ਆਪਾਂ ਕਿਤੇ ਦੂਰ ਹੀ ਜਾ ਰਹੇ ਹਾਂ, ਮੈਂ ਅਤੇ ਹੁਨਰ। ਅਤੇ ਲਓ ਜੀ, ਅੱਜ ਦਾ ਸਵਾਲ ਇਹ ਹੈ ਕਿ ਜਿਹੜਾ ਇਹ ਸ਼ਖਸ ਜਾ ਰਿਹਾ, ਦੱਸੋ ਜੀ ਇਹ ਜਿੰਨ ਦਾ ਬੱਚਾ ਕਿ ਇਨਸਾਨ ਦਾ ਬੱਚਾ? ਨਹੀਂ ਨਹੀਂ, ਇਹ ਮਜ਼ਾਕ ਕਰ ਰਿਹਾ ਸੀ ਮੈਂ। ਅਤੇ ਜਿਹੜਾ ਅਸਲ ਸਵਾਲ ਹੈ ਉਹ ਸਕਰੀਨ ਦੇ ਉੱਤੇ ਸ਼ੋ ਹੋ ਗਿਆ ਹੋਏਗਾ, ਇਹਦਾ ਤੁਸੀਂ ਜਵਾਬ ਦੇਣਾ ਵਲੋਗ ਦੇ ਐਂਡ ਤੱਕ। ਅਤੇ ਦੱਸੋ ਜੀ, ਦਿਮਾਗ ਲਾਓ, ਵਾਕਈ ਵਜ਼ਨ ਕਿਹਦੇ ਵਿੱਚ ਜ਼ਿਆਦਾ ਹੋਏਗਾ, ਰੂਈ ਦੇ ਵਿੱਚ ਜਾਂ ਲੋਹੇ ਦੇ ਵਿੱਚ? ਜਦੋਂ ਤੱਕ ਤੁਸੀਂ ਇਸ ਸਵਾਲ ਦਾ ਜਵਾਬ ਦਿੰਦੇ ਹੋ ਤਾਂ ਤੱਕ ਤੁਹਾਨੂੰ ਐਂਟਰਟੇਨ ਕਰਦੇ ਹਾਂ, ਹੋਰ ਮਤਲਬ ਕਹਿਣ ਦਾ ਕਿ ਦੋ ਚਾਰ ਗੱਲਾਂ ਕਰਦੇ ਹਾਂ। ਅਤੇ ਮੈਂ ਦੂਜੀ ਗੱਲ ਕਹੀ ਸੀ ਕਿ ਆਪਾਂ ਕਿਤੇ ਜਾ ਰਹੇ ਹਾਂ, ਅਤੇ ਜਾਂ ਆਪਾਂ ਦਿੱਲੀ ਏਅਰਪੋਰਟ ਰਹੇ ਹਾਂ ਜੀ ਕਿਸੇ ਖਾਸ ਸ਼ਖਸ ਨੂੰ ਲੈਣ। ਦੇਖੋ, ਹਜੇ ਮੈਂ ਤੁਹਾਨੂੰ ਦੱਸਾਂਗਾ ਨਹੀਂ, ਵਲੋਗ ਦੇ ਐਂਡ ਦੇ ਵਿੱਚ ਦੱਸਾਂਗਾ ਕਿਹੜਾ ਉਸ ਖਾਸ ਸ਼ਖਸ ਹੈ, ਕਿਉਂਕਿ ਉਸ ਸ਼ਖਸ ਦਾ ਮੈਂ 6 ਸਾਲ ਇੰਤਜ਼ਾਰ ਕੀਤਾ ਇਹ ਵਲੋਗ ਬਣਾਉਣ ਵਾਸਤੇ। ਅਤੇ ਤੁਸੀਂ ਸਿਰਫ ਔਰ ਸਿਰਫ 6 ਮਿੰਟ ਇੰਤਜ਼ਾਰ ਕਰਨਾ, 6 ਮਿੰਟ ਬਾਅਦ ਤੁਹਾਨੂੰ ਪਤਾ ਲੱਗ ਜਾਏਗਾ ਕੌਣ ਆ ਰਿਹਾ। ਲਓ ਜੀ, ਹੁਣ ਗੱਲ ਕਰਦੇ ਹਾਂ ਅਸੀਂ ਘਰੋਂ ਕੌਣ ਕੌਣ ਨਿਕਲੇ ਹਾਂ। ਦੇਖੋ ਜੀ, ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ, ਇਸ ਕਰਕੇ ਆਪਾਂ ਕਿਸੇ ਦੀ ਸਿਹਤ ਨਾਲ ਖਿਲਵਾੜ ਨਹੀਂ ਕਰ ਸਕਦੇ। ਇਲਾਹੀ ਵੀ ਬਿਮਾਰ ਹੋ ਸਕਦੀ ਸੀ, ਇਲਾਹੀ ਦੀ ਮੰਮਾ ਵੀ ਬਿਮਾਰ ਹੋ ਸਕਦੀ ਸੀ ਅਤੇ ਮੇਰੀ ਮਾਂ ਵੀ ਬਿਮਾਰ ਹੋ ਸਕਦੀ ਸੀ। ਹੁਣ ਬੱਚੇ ਕੌਣ? ਮੈਂ ਅਤੇ ਹੁਨਰ, ਅਤੇ ਅਸੀਂ ਦੋ ਅਵਾਰਾ, ਕਿਆ ਕਰੇਗਾ ਵਿਚਾਰਾ ਕੁਵਾਰਾ। ਅਤੇ ਅਸੀਂ ਘਰੋਂ ਨਿਕਲ ਪਏ ਹਾਂ ਖਾਲੀ ਸੜਕਾਂ 'ਚ ਅੱਧੀ ਰਾਤੀ, ਮੁਕੱਦਰ ਕਾ ਸਿਕੰਦਰ ਬਣਦੇ ਹੋਏ। ਅਤੇ ਹੁਣ ਜਿਹੜੀ ਮੈਂ ਗੱਲ ਕੀਤੀ ਸੀ ਤੀਸਰੀ, ਕਿਸੇ ਸ਼ਖਸ ਦਾ ਹੰਕਾਰ ਤੋੜਨਾ, ਉਹ ਮੈਂ ਤੁਹਾਨੂੰ ਅੱਗੇ ਜਾ ਕੇ ਦੱਸਾਂਗਾ। ਇਹ ਦੇਖੋ, ਹੁਨਰ ਨੇ ਚਿਪਸ ਦੇ ਪੈਕਟ ਲਏ ਸੀ ਆਪਣੇ ਲਈ, ਇਹਨੇ 10, 2 ਪੈਕਟ ਇਹਨੇ ਮੇਰੇ ਲਈ ਲਏ ਸੀ। ਮੇਰੇ 2 ਪੈਕਟ ਖਾਣ ਤੋਂ ਬਾਅਦ ਇਹਨੇ ਆਪਣੇ 10 ਪੈਕਟ ਖਾਧੇ ਨੇ। ਮਤਲਬ ਪੈਕਟਾਂ ਦੇ ਵਿੱਚੋਂ ਸਿਰਫ ਔਰ ਸਿਰਫ ਮੈਂ 2 ਚਿਪਸ ਖਾਧੇ ਨੇ ਅਤੇ ਬਾਕੀ ਚਿਪਸ ਹੁਨਰ ਨੇ ਨਿਬੇੜੇ ਨੇ। ਅਤੇ ਲਓ ਜੀ, ਕਰਨਾਲ ਆਪਾਂ ਚੜ੍ਹ ਚੁੱਕੇ ਹਾਂ ਹਾਈਵੇ ਦੇ ਉੱਤੇ, ਹੁਣ ਆਪਾਂ ਸ਼ੂਟਮ ਸ਼ੂਟ ਸਿੱਧਾ ਦਿੱਲੀ ਜਾ ਕੇ ਰੁਕਾਂਗੇ। ਕਿੱਥੇ? ਆਪਣੀ ਮਾਸੀ ਦੇ ਘਰ। ਤੁਹਾਨੂੰ ਪਤਾ ਜਿਹੜੇ ਦਿੱਲੀ ਦੇ ਰਿਸ਼ਤੇਦਾਰ ਹੁੰਦੇ ਨੇ ਉਹ ਐਸੇ ਕਰਕੇ ਰੱਖੇ ਹੁੰਦੇ ਨੇ ਕਿ ਭਾਈ ਜਦੋਂ ਵੀ ਦਿੱਲੀ ਏਅਰਪੋਰਟ ਕਿਸੇ ਨੇ ਆਉਣਾ ਹੋਏ ਤਾਂ ਆਪਣੇ ਰਿਸ਼ਤੇਦਾਰਾਂ ਦੇ ਘਰ ਜਾ ਕੇ ਰਾਤ ਉਹ ਰੁਕ ਸਕਦਾ, ਰੈਸਟ ਕਰ ਸਕਦਾ। ਸੋ ਆਪਾਂ ਵੀ ਉਹਨਾਂ ਹੀ ਇਨਸਾਨਾਂ ਦੇ ਵਿੱਚੋਂ ਜੋ ਇਹੋ ਜਿਹੀ ਸੋਚ ਰੱਖਦੇ ਨੇ। ਅਤੇ ਲਓ ਜੀ, ਹੁਣ ਆਪਾਂ ਟਾਪਮ ਟਾਪ ਨਿਕਲ ਪਏ ਹਾਂ ਮੂਰਥਲ ਵੱਲ ਨੂੰ। ਅਤੇ ਸਾਡੇ ਜਿਹੜੇ ਦਿੱਲੀ ਵਾਲੇ ਰਿਸ਼ਤੇਦਾਰ ਹੈ ਉਹਨਾਂ ਦਾ ਇੰਨਾ ਹੀ ਬੜਾ ਸ਼ੁਕਰ ਹੈ ਕਿ ਉਹ ਸਾਨੂੰ ਰਾਤੀ ਰੋਕਦੇ ਨੇ, ਸੌਣ ਨੂੰ ਬਿਸਤਰਾ ਦਿੰਦੇ ਨੇ, ਇੰਨਾ ਹੀ ਬਹੁਤ ਹੈ। ਅਤੇ ਜਿਹੜਾ ਰੋਟੀ ਵਾਲਾ ਬੋਝ ਹੈ ਉਹ ਆਪਾਂ ਉਹਨਾਂ ਦੇ ਸਿਰ 'ਤੇ ਪਾਉਣਾ ਨਹੀਂ ਚਾਹੁੰਦੇ, ਉਹ ਅਸੀਂ ਮੂਰਥਲ ਉਹਨਾਂ ਦੀ ਟੈਨਸ਼ਨ ਖਤਮ ਕਰਕੇ ਜਾਂਦੇ ਹਾਂ, ਕਿਉਂਕਿ ਸਾਨੂੰ ਰਾਤੀ 2-2:30 ਵੱਜ ਜਾਣੇ ਆ ਉੱਥੇ ਪੁੱਜਦੇ ਪੁੱਜਦੇ। ਅਤੇ 2:30 ਵਜੇ ਜਾ ਕੇ ਕਿਸੇ ਨੂੰ ਕਹੋ ਕਿ ਸਾਨੂੰ ਰੋਟੀਆਂ ਖਵਾਓ ਤਾਂ ਉਹ ਚੰਗਾ ਨਹੀਂ ਲੱਗਦਾ, ਇਸ ਕਰਕੇ ਬਾਹਰ ਹੀ ਰੋਟੀ ਖਾ ਕੇ ਜਾਵਾਂਗੇ। ਅਤੇ ਜੋ ਮਾੜੀ ਮੇਰੇ ਨਾਲ ਮੂਰਥਲ 'ਚ ਹੋਈ ਸ਼ਾਇਦ ਹੀ ਅੱਜ ਤੱਕ ਕਿਸੇ ਨਾਲ ਹੋਈ ਹੋਈ, ਔਰ ਕਿੱਦਾਂ ਹੋਈ ਉਹ ਤੁਹਾਨੂੰ ਅੱਗੇ ਚੱਲ ਕੇ ਵੀਡੀਓ 'ਚ ਦਿਖ ਜਾਏਗੀ। ਦੇਖੋ ਜੀ, ਇੱਥੇ ਗੱਲਾਂ ਨੇ ਦੋ, ਭੇਡ ਚਾਲ ਅਤੇ ਦੂਸਰਾ ਹੰਕਾਰ।
ਅਤੇ ਇਹ ਦੋਨੋਂ ਚੀਜ਼ਾਂ ਦਾ ਮੈਂ ਸ਼ਿਕਾਰ ਹੋਇਆ। ਦੇਖੋ ਭੇਡ ਚਾਲ ਕਿਹਨੂੰ ਕਹਿੰਦੇ ਨੇ, ਭੇਡ ਚਾਲ ਉਹਨੂੰ ਕਹਿੰਦੇ ਨੇ ਜਿੱਧਰ ਨੂੰ ਇੱਕ ਭੇਡ ਜਾਂਦੀ ਹੈ ਅਤੇ ਮਗਰ ਦੀ ਮਗਰ ਡਰ ਦੀ ਡਰ ਭੇਡਾਂ ਦੀ ਉਹਦੇ ਹੋ ਜਾਂਦੀ ਹੈ। ਉਹ ਇਹ ਨਹੀਂ ਦੇਖਦੀ ਉਹ ਖਾਈ 'ਚ ਜਾ ਰਹੀ ਹੈ ਕਿੱਥੇ ਜਾ ਰਹੀ ਹੈ। ਅਤੇ ਸਾਡੇ ਇਨਸਾਨਾਂ 'ਚ ਵੀ ਇਹੀ ਮਾੜੀ ਆਦਤ ਹੈ, ਅਸੀਂ ਵੇਖਦੇ ਹਾਂ ਜਿਸ ਢਾਬੇ 'ਤੇ 10 ਗੱਡੀਆਂ ਖੜੀਆਂ ਹੁੰਦੀਆਂ ਅਸੀਂ ਵੀ ਉੱਥੇ ਬ੍ਰੇਕ ਮਾਰਦੇ ਹਾਂ। ਆਪਾਂ ਵੀ ਇਹ ਨਹੀਂ ਸੋਚਦੇ ਕਿ ਜਿਹਦੇ ਕੋਲ ਗੱਡੀ ਨਹੀਂ ਖੜੀ ਜਾਂ ਜਿਹਦੇ ਕੋਲ ਗੱਡੀ ਇੱਕ ਖੜੀ ਉੱਥੇ ਬ੍ਰੇਕ ਮਾਰ ਕੇ ਰੋਟੀ ਖਾ ਲਈਏ, ਸ਼ਾਇਦ ਉਹਦਾ ਵੀ ਫੂਡ ਟੇਸਟੀ ਹੋਏ। ਪਰ ਨਹੀਂ, ਸਾਡੇ 'ਚ ਇਹੀ ਮਾੜੀ ਆਦਤ ਹੈ ਔਰ ਸਾਡੀ ਐਸੀ ਮਾੜੀ ਆਦਤ ਦਾ ਫਾਇਦਾ ਢਾਬੇ ਵਾਲੇ ਚੱਕਦੇ ਨੇ, ਉਹ ਸਾਡੀ ਕਦਰ ਕਰਨੀ ਘੱਟ ਕਰ ਦਿੰਦਾ ਹੈ। ਅਤੇ ਮੇਰੇ ਨਾਲ ਵੀ ਇਹੀ ਕੁਛ ਹੋਇਆ। ਮੈਂ ਸਪੈਸ਼ਲ ਯੂ ਟਰਨ ਲੈ ਕੇ ਅਮਰੀਕ ਸੁਖਦੇਵ ਵੱਲ ਨੂੰ ਜਾ ਰਿਹਾ। ਹੁਣ ਸਾਡੇ ਕਿਤੇ ਨਾ ਕਿਤੇ ਦਿਲ ਦਿਮਾਗ 'ਚ ਇੱਕ ਕਹਾਣੀ ਬੈਠੀ ਹੋਈ ਹੈ, ਮੂਰਥਲ ਦੇ ਵਿੱਚ ਜੇ ਕੋਈ ਸਵਾਦ ਰੋਟੀ ਬਣਾਉਂਦਾ ਜਾਂ ਇੱਕੋ ਇੱਕ ਢਾਬਾ ਹੈਗਾ ਉਹ ਹੈਗਾ ਅਮਰੀਕ ਸੁਖਦੇਵ, ਹੋਰ ਕੋਈ ਢਾਬਾ ਹੈ ਹੀ ਨਹੀਂ, ਸਾਨੂੰ ਨਜ਼ਰ ਵੀ ਨਹੀਂ ਆਉਂਦਾ। ਠੀਕ ਹੈ, ਤੁਸੀਂ ਅੱਗੇ ਦੇਖਿਓ ਕਿੰਨਾ ਜਾਮ ਹੈ। ਔਰ ਇਹ ਮੈਂ ਵੀਡੀਓ ਬੜੀ ਫਾਸਟ ਫਾਰਵਰਡ ਕਰਕੇ ਬੜੇ ਸੀਨ ਕੱਟ ਕਟਾ ਕੇ ਸਿੱਧੇ ਸੀਨ ਅਮਰੀਕ ਸੁਖਦੇਵ ਦੇ ਢਾਬੇ ਦੇ ਦਿਖਾਏ ਨੇ। ਔਰ ਹਾਲਾਂਕਿ ਢਾਬੇ 'ਤੇ ਪਾਰਕਿੰਗ 'ਚ ਕਾਰ ਲਾਉਂਦੇ ਲਾਉਂਦੇ ਸਾਨੂੰ ਇੱਕ ਘੰਟਾ ਲੱਗ ਗਿਆ ਸੀ। ਠੀਕ ਹੈ, ਉਹ ਮੈਂ ਸੀਨ ਕੋਈ ਵੀ ਨਹੀਂ ਲਾਇਆ, ਮੇਰੇ ਕੋਲ ਪਏ ਹੋਏ ਨੇ, ਜੇ ਕੋਈ ਕਹੇਗਾ ਉਹਨੂੰ ਮੈਂ ਸਪੈਸ਼ਲ ਦੇ ਦਾਂਗਾ। ਸੋ ਹੁਣ ਕਹਾਣੀ ਕੀ ਹੁੰਦੀ ਹੈ ਕਿ ਆਪਾਂ ਪਾਰਕਿੰਗ ਦੇ ਵਿੱਚ ਚਲੇ ਜਾਂਦੇ ਹਾਂ, ਮੈਂ ਅਤੇ ਹੁਨਰ ਕਾਰ ਲਾ ਦਿੰਦੇ ਹਾਂ, ਭੁੱਖ ਸਾਨੂੰ ਬਾਹਲੀ ਲੱਗੀ ਹੁੰਦੀ ਹੈ, ਆਪਾਂ ਜਾਂਦੇ ਹਾਂ ਕਾਰ ਲਾ ਕੇ ਅੰਦਰ, ਅੰਦਰ ਜਾਂਦੇ ਹਾਂ ਰਸ਼ ਪੂਰਾ ਪਿਆ ਹੁੰਦਾ। ਦੇਖੋ ਬਾਹਰ ਜਿਹੜੇ ਲੋਕ ਬੈਠੇ ਨੇ ਵੇਟ ਕਰ ਰਹੇ ਨੇ ਕਦੋਂ ਅੰਦਰ ਟੇਬਲ ਖਾਲੀ ਹੋਣਗੇ ਅਤੇ ਅਸੀਂ ਜਾ ਕੇ ਰੋਟੀ ਖਾਵਾਂਗੇ, ਕਿਸੇ ਹੋਰ ਢਾਬੇ 'ਤੇ ਨਹੀਂ ਜਾ ਰਹੇ। ਠੀਕ ਹੈ ਜੀ, ਹੁਣ ਐਸੇ ਚੀਜ਼ ਦਾ ਨਜਾਇਜ਼ ਫਾਇਦਾ ਇਹਨਾਂ ਨੇ ਚੱਕਿਆ। ਮੈਂ ਅੰਦਰ ਗਿਆ, ਸਾਨੂੰ ਮਤਲਬ ਟੇਬਲ ਨਹੀਂ ਸੀ ਮਿਲ ਰਿਹਾ, ਮੈਂ ਦੋ ਤਿੰਨ ਵਾਰ ਵੇਟਰਾਂ ਨੂੰ ਕਿਹਾ, ਫਿਰ ਮੈਂ ਮੈਨੇਜਰ ਕੋਲ ਗਿਆ, ਮੈਨੇਜਰ ਕਹਿੰਦਾ ਜੀ ਆਪਕੋ ਟੇਬਲ ਖੁਦ ਢੂੰਢਣਾ ਪਵੇਗਾ। ਮੈਂ ਕਿਹਾ ਜੀ ਫਿਰ ਤੁਹਾਡੀ ਕਾਹਦੀ ਮੈਨੇਜਮੈਂਟ ਹੈ ਕਿ ਤੁਸੀਂ ਸਾਨੂੰ ਟੇਬਲ ਪ੍ਰੋਵਾਈਡ ਕਰਵਾਓ, ਤੁਹਾਨੂੰ ਪਤਾ ਹੋਏਗਾ ਕਿ ਕੌਣ ਰੋਟੀ ਖਾ ਚੁੱਕਿਆ, ਕਿਹਦੀ ਕਿੰਨੀ ਕੁ ਰੋਟੀ ਰਹਿ ਗਈ ਹੈ, ਹੈ ਨਾ, ਤੁਹਾਨੂੰ ਸਾਰਾ ਪਤਾ ਹੁੰਦਾ। ਉਹਨੇ ਜੀ ਮੈਨੂੰ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ, ਮੈਨੂੰ ਗੁੱਸਾ ਚੜਿਆ, ਮੈਂ ਕਾਰ ਚੱਕੀ, ਮੈਂ ਦੂਸਰੇ ਢਾਬੇ ਵੱਲ ਨੂੰ ਨਿਕਲ ਪਿਆ 2-2.5 ਘੰਟੇ ਖਰਾਬ ਕਰਕੇ। ਠੀਕ ਹੈ, ਉਹੀ 2-2.5 ਘੰਟੇ ਪਹਿਲੇ ਮੈਂ ਕਿਸੇ ਹੋਰ ਢਾਬੇ 'ਤੇ ਲਾ ਦਿੰਦਾ ਅਤੇ ਸ਼ਾਇਦ ਰੋਟੀ ਵਧੀਆ ਮਿਲ ਜਾਂਦੀ ਅਤੇ ਮੈਂ 2-2.5 ਘੰਟੇ ਪਹਿਲੇ ਹੀ ਰੋਟੀ ਖਾ ਲੈਂਦਾ। ਇੱਕ ਤਾਂ ਭੁੱਖ ਲੱਗੀ, ਉੱਤੋਂ ਅੱਗੋਂ ਜਵਾਬ ਪੁੱਠੇ ਪੁੱਠੇ ਮਿਲ ਰਹੇ ਸੀ। ਫਿਰ ਆਪਾਂ ਸ਼ਿਵਾ ਢਾਬਾ 'ਤੇ ਗਏ ਔਰ ਇੰਨੀ ਟੇਸਟੀ ਰੋਟੀ, ਇੰਨਾ ਟੇਸਟੀ ਫੂਡ ਔਰ ਰਿਸਪੈਕਟ ਇਹਨਾਂ ਨੇ ਇੰਨੀ ਕੀਤੀ, ਮਤਲਬ ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਠੀਕ ਹੈ, ਔਰ ਅਮਰੀਕ ਸੁਖਦੇਵ ਦੇ ਮੈਨੇਜਰ ਨੂੰ ਮੈਂ ਇੱਕ ਗੱਲ ਕਹਿ ਕੇ ਆਇਆ ਸੀ, ਮੈਂ ਉਹਨੂੰ ਕਿਹਾ ਸੀ ਕਿ ਮੈਂ ਮੰਦਾ ਤੁਹਾਡੇ ਇਸ ਟਾਈਮ ਗਾਹਕ 'ਤੇ ਗਾਹਕ ਚੜਿਆ, ਪਰ ਤੁਹਾਡੇ ਹੁਣ ਦਿਮਾਗ 'ਤੇ ਹੰਕਾਰ ਵੀ ਚੜ ਚੁੱਕਿਆ। ਠੀਕ ਹੈ, ਔਰ ਇਹ ਬਹੁਤ ਜਲਦੀ ਹੰਕਾਰ ਤੁਹਾਡਾ ਟੁੱਟਣ ਵਾਲਾ, ਹੰਕਾਰ 'ਤੇ ਰਾਵਣ ਦਾ ਨਹੀਂ ਰਿਹਾ। ਸੋ ਹੁਣ ਆਪਾਂ ਇੱਥੇ ਸ਼ਿਵਾ ਢਾਬਾ 'ਤੇ ਬਹਿ ਗਏ ਹਾਂ, ਦੇਖੋ ਤੁਹਾਨੂੰ ਦੇਖਣ 'ਚ ਹੀ ਫੂਡ ਕਿੰਨਾ ਟੇਸਟੀ ਲੱਗੇਗਾ। ਅਤੇ ਜਿਹੜਾ ਨੈਕਸਟ ਸੀਨ ਹੈ ਇਹ ਸਾਡੇ ਫੂਡ ਦਾ, ਦੇਖੋ ਜੀ ਇਹ ਦਾਲ ਮੰਗਵਾਈ ਸੀ ਇੱਕ, ਅਤੇ ਦੂਸਰਾ ਸੀ ਸ਼ਾਹੀ ਪਨੀਰ ਮੰਗਵਾਇਆ ਸੀ। ਅੱਛਾ, ਇੱਕ ਗੱਲ ਹੋਰ ਬੜੀ ਸੀ, ਅਤੇ ਮੈਨੇਜਰ ਨੇ ਮਤਲਬ ਮੇਰੇ ਤੋਂ ਇਹ ਗੱਲ ਪੁੱਛੀ, ਆਪ ਕਿਤਨੇ ਲੋਕ ਹੋ? ਮੈਂ ਕਿਹਾ ਜੀ ਹਮ ਬਾਪ ਬੇਟਾ, ਹਮ ਦੋ ਲੋਕ ਹੈ। ਅਤੇ ਉਹ ਦੋ ਲੋਕਾਂ ਕਰਕੇ ਉਹਨੇ ਸਾਨੂੰ ਟੇਬਲ ਹੀ ਨਹੀਂ ਪ੍ਰੋਵਾਈਡ, ਮਤਲਬ ਦੋ ਬੰਦਿਆਂ ਦੀ ਇੱਜ਼ਤ ਹੀ ਨਹੀਂ ਹੈ, ਉਹਨਾਂ ਨੂੰ ਐਂ ਲੱਗਦਾ ਕਿ ਇਹਨਾਂ ਨੇ ਇਹਨਾਂ ਦਾ ਬਿੱਲ ਹੈ ਜਿਹੜਾ ਉਹ ਜ਼ਿਆਦਾ ਨਹੀਂ ਬਣੇਗਾ, ਅਤੇ ਇਸ ਕਰਕੇ ਇਹ ਨਾ ਵੀ ਖਾ ਕੇ ਜਾਣ ਉਹਨਾਂ ਨੂੰ ਫਰਕ ਨਹੀਂ ਪੈਂਦਾ। ਪਰ ਮੈਂ ਕਹਿੰਦਾ ਕਿ ਜਿੰਨੇ ਵੀ ਹੈ ਨੇ ਆਪਣੇ ਹਰਿਆਣੇ ਪੰਜਾਬ ਵਾਲੇ, ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰੋ, ਅਮਰੀਕ ਸੁਖਦੇਵ ਦਾ ਬਾਈਕਾਟ ਕਰ ਦਿਓ, ਅਮਰੀਕ ਸੁਖਦੇਵ 'ਤੇ ਜਾਣਾ ਬੰਦ ਹੋ ਜਾਓ। ਇਹਦਾ ਵੀ ਹੰਕਾਰ ਟੁੱਟਣਾ ਜ਼ਰੂਰੀ ਹੈ, ਅਕਲ ਟਿਕਾਣੇ ਆਉਣੇ ਜ਼ਰੂਰੀ ਹੈ। ਇਹਨਾਂ ਨੇ ਪਹਿਲੇ ਵੀ ਇੱਕ ਵਾਰ ਕਿਸੇ ਨਾਲ ਇੱਦਾਂ ਕੀਤਾ ਸੀ, ਅਤੇ ਤੁਹਾਨੂੰ ਪਤਾ ਹੈ ਕਿ ਬਹੁਤ ਤਕੜਾ ਇਹਨਾਂ 'ਤੇ ਐਲੀਗੇਸ਼ਨ ਲੱਗਿਆ ਸੀ। ਇਹਨਾਂ ਦੇ ਵੇਟਰਾਂ ਨੇ ਰਲ ਕੇ ਕਿਸੇ ਹਸਬੈਂਡ ਵਾਈਫ ਨੂੰ ਮਾਰਿਆ ਸੀ, ਉਸ ਤੋਂ ਬਾਅਦ ਵਾਈਫ ਦਾ ਇਹਨਾਂ ਨੇ ਉਹਦੇ ਨਾਲ ਗਲਤ ਕੰਮ ਵੀ ਕੀਤਾ ਸੀ, ਹੈ ਨਾ, ਚਲੋ ਮੈਂ ਨਾਮ ਨਹੀਂ ਲੈਣਾ ਚਾਹੁੰਦਾ। ਸੋ
ਫਿਰ ਅੱਗੇ ਆ ਕੇ ਸਾਨੂੰ ਜਾਮ ਮਿਲ ਗਿਆ ਅਤੇ ਹੁਨਰ ਸੋ ਗਿਆ ਸੀ, ਲੇਟ ਗਿਆ ਸੀ। ਅਤੇ ਫਿਰ ਆਪਾਂ ਕੇ ਐੱਮ ਪੀ ਚੜ੍ਹ ਕੇ ਜਿੱਥੇ ਦੀਪ ਸਿੱਧੂ ਬਾਈ ਦਾ ਮਰਡਰ ਹੋਇਆ ਸੀ, ਮਰਡਰ ਹੀ ਕਹਾਂਗੇ ਆਪਾਂ ਤਾਂ, ਆਪਾਂ ਤਾਂ ਐਕਸੀਡੈਂਟ ਕਹਾਂਗੇ ਨਹੀਂ ਕਿਉਂਕਿ ਸਾਨੂੰ ਸੱਚਾਈ ਦਾ ਪਤਾ। ਸੋ ਉਸ ਰੋਡ ਵੱਲੋਂ ਆਪਾਂ ਸਿੱਧਾ ਗੁੜਗਾਂਵ ਵੱਲ ਨੂੰ ਨਿਕਲ ਪਏ ਹਾਂ, ਜਿਹੜਾ ਕਿ ਹੁਣ ਗੁਰੂਗ੍ਰਾਮ ਦੇ ਨਾਮ ਤੋਂ ਜਾਣਿਆ ਜਾਂਦਾ। ਸੋ ਬਾਕੀ ਗੱਲ ਇਹ ਆ ਜੀ, ਅਮਰੀਕ ਸੁਖਦੇਵ ਦਾ ਬਾਈਕਾਟ ਕਰੋ, ਇਹਨੂੰ ਸਬਕ ਸਿਖਾਉਣਾ ਜ਼ਰੂਰੀ ਹੈ ਜੀ, ਅਕਲ ਟਿਕਾਣੇ ਲੈ ਕੇ ਆਉਣੀ ਬਹੁਤ ਜ਼ਿਆਦਾ ਜ਼ਰੂਰੀ ਆ। ਹੁਣ ਆਪਾਂ ਸਿੱਧਾ ਗੁੜਗਾਵੇਂ ਨੂੰ ਪਹੁੰਚ ਗਏ ਹਾਂ। ਇਹ ਗੁੜਗਾਵੇਂ ਦਾ ਬਹੁਤ ਪਿਆਰਾ ਜਿਹਾ ਏਰੀਆ ਜਿੱਥੇ ਮੇਰੀ ਪਿਆਰੀ ਪਿਆਰੀ ਮਾਸੀ ਜੀ ਰਹਿੰਦੀ, ਮੇਰੀ ਮਾਸੀ ਬਹੁਤ ਚੰਗੀ ਹੈ ਭਾਅ ਜੀ, ਅੱਗੇ ਵੀ ਮੈਂ ਦਿੱਲੀ ਆਉਣਾ ਜਾਣਾ ਹੈ, ਇਹ ਤਾਂ